सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद। शहर निवासियों को जैसे पता ही है कि पिछले कई वर्षों से पेरेंट्स एसोसिएशन स्कूलों में पढ़ने वाले बच्चों के लिए काफी बड़े स्तर पर उनके हकों की लड़ाई लड़ता आ रहा है, चाहे वो स्कूलों में दाखिला फीस का मामला हो या फिर किताबों में छूट दिलवाने को लेकर। पेरेंट्स एसोसिएशन ने मिलकर यह लड़ाई मान्योग अदालत तक लड़ी और अब भी लड़ता आ रहा है, मगर कुछ समय के बाद पेरेंट्स एसोसिएशन के कुछ ओहदेदारों के आपस में विचार ना मिल पाने के चलते पेरेंट्स एसोसिएशन दो फाड़ हो गई थी, जिसमें अब एक पेरेंट्स एसोसिएशन के नाम से जानी जाती है जो काफी पुरानी है और दूसरी जो कुछ समय पहले गुरप्रीत धमोली की प्रधानगी में बनाई गई, उसका नाम आल स्कूल राजपुरा पेरेंट्स एसोसिएशन रखा गया, जिसको लेकर गुरप्रीत धमोली की टीम ने इस बार बच्चों को किताबों में छूट दिलवाने के लिए एक सस्ती किताबों की दुकान जिसका नाम पेरेंट्स बुक डिपो रखकर शुरू किया गया। मगर इस पर विवाद उस समय शुरू हुआ जब पहले से ही स्कूली बच्चों के लिए काम करती आ रही पेरेंट्स एसोसिएशन राजपुरा के ओहदेदारों ने गुरप्रीत धमोली द्वारा दुकान खोलकर बेची जा रही किताबों को लेकर आज एक प्रेस वार्ता के दौरान धमोली पर आरोपों की झड़ी लगा दी कि गुरप्रीत धमोली ने पेरेंट्स बुक डिपो के बोर्डों पर पेरेंट्स एसोसिएशन के सहयोग से लिखकर हमारी संस्था का नाम इस्तेमाल किया है, जबकि गुरप्रीत धमोली व उसके साथी हमारी संस्था में है ही नहीं। इस संबंध में पेरेंट्स एसोसिएशन के प्रधान सरदार अवतार सिंह, उप चेयरमैन गुरविंदर सिंह व जनरल सेक्रेटरी सरदार जसबीर सिंह कोटला ने न्यूज 89 से बात करते हुए क्या कहा, आपको सुनाते हैं पेरेंट्स एसोसिएशन के ओहदेदारों की जुबानी। ਸਾਡੀ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਹੈਗੀ ਹੈ ਜੀ। ਹਾਂਜੀ ਹਾਂਜੀ। ਤੇ ਅੱਜ ਜਿਹੜਾ ਮੈਟਰ ਹੈਗਾ ਉਹ ਬੁੱਕਾਂ ਨੂੰ ਲੈ ਕੇ ਸਾਡਾ ਮੈਟਰ ਹੈਗਾ ਤੇ ਜਿਹੜੇ ਬੁੱਕ ਸੈਲਰ ਜਿਹੜੇ ਹੈਗੇ ਆ ਉਹ ਸਾਰੇ ਕਿਤਾਬਾਂ ਵੇਚ ਰਹੇ ਆ ਤਕਰੀਬਨ। ਇੱਕ ਹੋਰ ਸਾਡਾ ਨਾਂ ਰੱਖ ਕੇ ਪੇਰੈਂਟਸ ਐਸੋਸੀਏਸ਼ਨ ਦਾ ਨਾਂ ਲੈ ਕੇ ਗੁਰਪ੍ਰੀਤ ਸਿੰਘ ਧਮੋਲੀ ਹੋਰੀ ਜਿਹੜੇ ਆਪਣਾ ਬੁੱਕ ਡਿਪੋ ਖੋਲਿਆ ਹੈਗਾ ਪੇਰੈਂਟਸ ਬੁੱਕ ਡਿਪੋ ਤੇ ਉਹਨੂੰ ਲੈ ਕੇ ਸਾਡੀ ਮੀਟਿੰਗ ਸੀਗੀ ਅੱਜ। ਇਹ ਸਿਰਫ ਆਮ ਆਦਮੀ ਪਾਰਟੀ ਦੇ ਵਲੰਟੀਅਰ ਹੈਗੇ ਜਿਹੜੇ ਗੁਰਪ੍ਰੀਤ ਧਮੋਲੀ ਹੋ ਰਹੇ ਹੈਗੇ ਆ ਤੇ ਇਹ ਮਿਸਗਾਈਡ ਕਰ ਰਹੇ ਹੈਗੇ ਪੇਰੈਂਟਸ ਨੂੰ ਤੇ ਜਿਹੜੀ 200 ਰੁਪਏ ਐਂਟਰੀ ਲੈ ਰਹੇ ਹੈਗੇ ਆ ਪੇਰੈਂਟਸ ਤੋਂ ਜਿਹੜੀ 200 ਰੁਪਏ ਐਂਟਰੀ ਲੈ ਰਹੇ ਹੈਗੇ ਤੇ ਹੋਰ ਵੀ ਬੁੱਕ ਸੈਲਰ ਹੈਗੇ ਜਿਹੜੇ ਉਹ ਵੀ ਲੈਸ ਦੇ ਰਹੇ ਹੈਗੇ ਆ। ਪੇਰੈਂਟਸ ਨੂੰ ਅਪੀਲ ਹੈਗੀ ਹੈ ਵੀ ਆਪਣਾ ਪਹਿਲਾਂ ਕੰਪੈਰੀਜ਼ਨ ਕਰੋ ਜਿਹੜੇ ਸੈੱਟ ਲੈਣੇ ਹੈਗੇ ਆ ਵੀ ਕਿਹੜਾ ਜ਼ਿਆਦਾ ਲੈਸ ਦਿੰਦਾ ਹੈ, ਫਿਰ ਆਪਣੇ ਸੈੱਟ ਲਓ। ਇੱਕ ਬੇਨਤੀ ਹੋਰ ਹੈਗੀ ਹੈ ਵੀ ਜਿੱਥੋਂ ਪੂਰਾ ਸੈੱਟ ਮਿਲਦਾ ਆਪਾਂ ਨੂੰ ਪੂਰੀ ਬੁੱਕਸ ਜਿਹੜੀ ਇਕੱਠੀਆਂ ਮਿਲਦੀਆਂ ਫਿਰ ਇੱਕ ਇੱਕ ਬੁੱਕਸ ਪਿੱਛੇ ਆਪਾਂ ਨੂੰ ਭਟਕਣਾ ਨਾ ਪਵੇ, ਉੱਥੋਂ ਹੀ ਬੁੱਕਸਾਂ ਲਓ। ਤੇ ਦੂਜੀ ਗੱਲ ਹੈ ਵੀ ਪਹਿਲਾਂ ਤਾਂ ਆਪਾਂ ਗੱਲ ਕਰਦੇ ਸੀ ਵੀ ਆਪਾਂ ਖੁਦ ਜਿਹੜੇ ਐਸੋਸੀਏਸ਼ਨ ਵਾਲੇ ਵੀ ਆਪਾਂ ਸਰਕਾਰੀ ਬੁੱਕਾਂ ਲਵਾਵਾਂਗੇ NCR ਦੀਆਂ ਤੇ ਹੁਣ ਆਪ ਹੀ ਧੰਦਾ ਕਰਕੇ ਬੈਠੇ ਹੈਗੇ ਆ, ਆਪ ਜਿਹੜੀ ਹੈ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਬੁੱਕਾਂ ਵੇਚ ਰਹੇ ਹੈਗੇ ਤੇ ਇਹ ਸਰਾਸਰ ਇਹਨਾਂ ਦਾ ਆਪਣਾ ਨਿੱਜੀ ਧੰਦਾ ਹੈਗਾ, ਕੋਈ ਉਹ ਆਪਣਾ ਬਨੂੜ ਤੋਂ ਪੇਰੈਂਟਸ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਜੀ ਆਏ ਹੋਏ ਆ ਸਾਰੇ, ਇਹਨਾਂ ਤੇ ਵੀ ਦਬਾਅ ਪਾਉਂਦੇ ਰਹੇ ਆ, ਬਨੂੜ ਐਸੋਸੀਏਸ਼ਨ ਤੋਂ ਖੜੇ ਆ ਵੀ ਸਾਨੂੰ ਲਿਸਟਾਂ ਜਾਰੀ ਕਰਾਓ ਅਸੀਂ ਤੁਹਾਡੀ ਤੁਹਾਨੂੰ ਕਿਤਾਬਾਂ ਪ੍ਰੋਵਾਈਡ ਕਰਾ ਕੇ ਦੇਵਾਂਗੇ। ਫੀਸਾਂ ਘੱਟ ਕਰਾਉਣੀ ਹੈ, ਬੱਚਿਆਂ ਨੂੰ ਰਿਲੀਫ ਦਵਾਉਣਾ, ਨਾ ਇਹਨਾਂ ਦਾ ਮਕਸਦ ਹੈਗਾ ਸਿਰਫ ਰਾਜਨੀਤੀ ਕਰਨੀ, ਇਹਨਾਂ ਸਾਰੇ ਕੰਮ ਨੂੰ ਲਟਕਾਉਣਾ। ਇਹਨਾਂ ਚ ਗੁਰਪ੍ਰੀਤ ਧਮੋਲੀ ਹੈਗਾ, ਅੱਛਾ ਜੀ ਮਨੀਸ਼ ਬੱਤਰਾ ਹੈਗਾ, ਆਪਣਾ ਬੱਟੀ ਖਾਨਪੁਰ ਹੈਗਾ, ਅੱਛਾ ਜੀ ਇੱਕ ਬਲਕਾਰ ਸਿੰਘ ਹੈਗਾ ਕੋਟਲਾ, ਵਿਕਰਮ ਸਿੰਘ ਹੈਗੇ ਆ, ਇਹ ਰਾਜਨੀਤੀ ਕਰ ਰਹੇ ਹੈਗੇ ਸਾਰੇ ਆਮ ਆਦਮੀ ਪਾਰਟੀ ਨਾਲ ਅਟੈਚਮੈਂਟ। ਨਹੀਂ ਵੀ ਉਹਨਾਂ ਦੀ ਮਤਲਬ ਦੇਖੋ ਪੇਰੈਂਟਸ ਐਸੋਸੀਏਸ਼ਨ ਤੁਹਾਡੀ ਬਣੀ ਹੋਈ ਹੈ, ਉਹਨਾਂ ਨੇ ਕੋਈ ਹੋਰ ਨਾਮ ਰੱਖਿਆ ਹੋਇਆ ਪੇਰੈਂਟਸ ਕੁਛ ਆਲ ਪੇਰੈਂਟਸ? ਆਪਣਾ ਸਾਡੇ ਸਹਿਯੋਗ ਨਾਲ ਨਾ ਲਿਖੋ, ਉੱਥੇ ਇਹ ਲਿਖ ਰਿਹਾ ਵੀ ਪੇਰੈਂਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਬੁੱਕ ਡਿਪੋ ਖੁੱਲ੍ਹਾ ਹੈ। ਹਾਂਜੀ, ਆਪਣਾ ਨਾਮ ਯੂਜ਼ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੀ। ਮੇਰਾ ਨਾਮ ਗੁਰਵਿੰਦਰ ਸਿੰਘ ਹੈ। ਹਾਂਜੀ ਹਾਂਜੀ, ਸਿੰਘ ਥੋਆ ਜੀ, ਠੀਕ ਹੈ ਜੀ। ਇਹ ਸਾਡੇ ਕੋਲ ਫੋਨ ਕਰਦਾ ਰਿਹਾ, ਕੌਣ ਜੀ? ਗੁਰਪ੍ਰੀਤ ਧਮੋਲੀ, ਮੇਰੇ ਨਾਲ ਇਹਨੇ ਗੱਲ ਕੀਤੀ ਹੈ ਤੇ ਕਹਿੰਦਾ ਵੀ ਤੁਸੀਂ ਜਿਹੜੀ ਲਿਸਟਾਂ ਨਾ ਉਹ ਜਾਰੀ ਕਰਾਓ, ਵੀ ਤੁਸੀਂ ਸਾਨੂੰ ਲਿਸਟ ਦਿਓ ਜੀ, ਅਸੀਂ ਕਿਤਾਬਾਂ ਵੇਚਾਂਗੇ, ਵੀ ਤੁਹਾਨੂੰ ਜੋ ਵੀ ਕਮੀ ਹੋਵੇਗਾ ਸਾਡੇ ਨਾਲ
ਸੈਟਲਮੈਂਟ ਤੁਹਾਡੇ ਨਾਲ ਕਰ ਲਾਂਗੇ ਜਿੱਦਾਂ ਤੁਸੀਂ ਲਿਸਟਾਂ ਜਾਰੀ ਕਰਾਓ ਸਕੂਲ 'ਚ। ਇਹ ਫਿਰ ਸਕੂਲਾਂ 'ਚ ਜਾ ਕੇ ਵੀ ਆਇਆ, ਹੋਲੀ ਮੈਰੀ 'ਚ ਵੀ ਜਾ ਕੇ ਆਇਆ, ਚੰਗਾ ਸਵਾਲੀ ਕੌਨਵੈਂਟ 'ਚ ਜਾ ਕੇ ਆਇਆ, ਏ ਸੀ ਗਲੋਬਲ 'ਚ ਵੀ ਜਾ ਕੇ ਆਇਆ, ਸਾਨੂੰ ਲਿਸਟਾਂ ਦਿਓ ਵਾਲੀ। ਸਾਡੀ ਇਹਨਾਂ ਨਾਲ ਸਹਿਮਤੀ ਹੈ, ਸਾਡੀ ਇਹਦੇ ਨਾਲ ਕੋਈ ਸਹਿਮਤੀ ਨਹੀਂ ਹੈਗੀ, ਠੀਕ ਹੈ ਜੀ। ਇਹ ਲੋਕਾਂ ਨੂੰ ਵੈਸੇ ਉਹ ਕਰ ਰਿਹਾ, ਗੁੰਮਰਾਹ ਕਰ ਰਿਹਾ। ਹਾਂਜੀ, ਕਿਸ ਤਰ੍ਹਾਂ ਦੀ ਸੈਟਲਮੈਂਟ ਤੁਹਾਨੂੰ ਕਿਹਾ ਸੀ ਕਰਨ ਨੂੰ, ਕਿਸ ਤਰ੍ਹਾਂ ਦੀ ਕਹਿ ਰਹੇ ਸੈਟਲਮੈਂਟ? ਵੀ ਪੈਸੇ ਦੀ ਵੀ ਤੁਹਾਨੂੰ ਕਮਿਸ਼ਨ ਦੇਵਾਂਗੇ ਵਿੱਚ ਦੇ, ਵੀ ਤੁਸੀਂ ਇੱਥੇ ਸਾਡੀ ਦੁਕਾਨ ਤੋਂ ਕਿਤਾਬਾਂ ਮੰਗਵਾਓਗੇ, ਠੀਕ ਹੈ ਜੀ। ਤੇ ਹੋਰ ਤਾਂ ਤੁਹਾਡਾ ਕੀ, ਤੁਹਾਡਾ ਕੀ ਨਾਂ ਹੈ ਤੇ ਤੁਹਾਡਾ ਕੀ ਅਹੁਦਾ ਹੈ? ਮੇਰਾ ਗੁਰਵਿੰਦਰ ਸਿੰਘ ਨਾਂ ਹੈ ਜੀ। ਹਾਂਜੀ ਹਾਂਜੀ, ਮੈਂ ਵਾਈਸ ਚੇਅਰਮੈਨ ਹੈ ਜੀ ਇੱਥੇ। ਹਾਂਜੀ, ਐਸੋਸੀਏਸ਼ਨ ਦਾ ਜੀ। ਹਾਂਜੀ ਹਾਂਜੀ, ਗਨੂੜ ਤੋਂ। ਮੈਂ ਤਾਂ ਪੇਰੈਂਟਸ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵੀ ਇਹਦੀ ਗੱਲਾਂ 'ਚ ਨਾ ਆਇਓ ਜੀ, ਜਿੱਥੇ ਤੁਹਾਨੂੰ ਸਸਤੀਆਂ ਮਿਲਦੀਆਂ ਤੁਸੀਂ ਸਾਰੇ ਉਹ ਕਰਕੇ ਫਿਰ ਉਹ ਕਰਨਾ, ਇਹਨਾਂ ਦਾ ਆਪਣੀ ਦੁਕਾਨਦਾਰੀ ਚਲਾਉਣੀ ਹੈ ਜੀ। ਹਾਂਜੀ ਜੀ, ਇਹ ਤੁਹਾਡੀ ਫਿਰ ਐਸੋਸੀਏਸ਼ਨ 6 ਮਹੀਨੇ ਤੋਂ ਤੁਸੀਂ ਕਹਿ ਰਹੇ ਬਣੀ ਹੋਈ ਹੈ, ਅੱਜ ਹੀ ਕਿਉਂ ਮੁੱਦਾ ਚੱਕਿਆ ਜਾ ਰਿਹਾ, ਪਹਿਲਾਂ ਕਿਉਂ ਨਹੀਂ ਚੱਕਿਆ ਗਿਆ? ਪਹਿਲਾਂ ਮੁੱਦਾ ਇੱਦਾਂ ਨਾ ਜੀ, ਜਿਹੜੀ ਅੱਜ ਦਾ ਮੁੱਦਾ ਹੈਗਾ, ਸਾਨੂੰ ਪਤਾ ਕੱਲ ਪਰਸੋਂ ਹੀ ਲੱਗਿਆ ਵੀ ਇਹ ਸਾਡਾ ਨਾਂ ਯੂਜ਼ ਕਰ ਰਹੇ। ਉਸ ਤੋਂ ਪਹਿਲਾਂ ਸਾਨੂੰ ਪਤਾ ਨਹੀਂ ਸੀ, ਪਹਿਲਾਂ ਇਹ ਆਪ ਕਰਕੇ ਕਰਦੇ ਸੀਗੇ। ਬਾਕੀ ਜਸਵੀਰ ਜੀ ਹੈਗੇ ਆ, ਤੁਹਾਡਾ ਕੀ ਨਾਂ ਹੈ ਜੀ? ਸਰ, ਮੇਰਾ ਨਾਮ ਜਸਵੀਰ ਸਿੰਘ ਹੈ। ਹਾਂਜੀ, ਐਸੋਸੀਏਸ਼ਨ ਦਾ ਜਨਰਲ ਸੈਕਟਰੀ ਹੈਗਾ। ਹਾਂਜੀ ਜੀ, ਤੇ ਜਿਹੜੀ ਇਹ ਹੁਣ ਪੇਰੈਂਟਸ ਐਸੋਸੀਏਸ਼ਨ ਦਾ ਨਾਮ ਗੁਰਪ੍ਰੀਤ ਮੋਦੀ ਵੱਲੋਂ ਮਨੀਸ਼ ਲੋਥਰਾ, ਇੱਕ ਇਹਨਾਂ ਨੇ ਨਿੱਜੀ ਦੁਕਾਨ ਖੋਲ ਲਈ ਹੈ। ਇਹਨੂੰ ਜਿਹੜਾ ਝੋਗਾ ਪਵਾਇਆ ਗਿਆ ਪੋਲੀਟੀਕਲ ਸਟੰਟ ਤੌਰ ਤੇ ਵੈਸਾ ਨੂੰ ਬੁਲਾ ਕੇ, ਤੇ ਨੰਬਰ 2 ਸਾਡਾ ਤਾਂ ਕੋਈ ਇਹੋ ਜਿਹਾ ਉਪਰਾਲਾ ਨਹੀਂ ਸੀ ਐਸੋਸੀਏਸ਼ਨ ਦਾ ਵੀ ਅਸੀਂ ਪੋਲੀਟੀਕਲ ਸਟੰਟ ਖੇਡੀਏ, ਬੱਚਿਆਂ ਦੇ ਫਿਊਚਰ ਦੀ ਗੱਲ ਹੈ। ਹੁਣ ਨੰਬਰ 2 ਜੀ, ਇਹਨਾਂ ਨੇ ਕੀ ਕਰਿਆ, ਬੱਚਿਆਂ ਦਾ ਕੋਈ ਰਿਲੀਫ ਦਵਾ ਨਹੀਂ ਸਕੇ। ਐਨੀਮਲ ਚਾਰਜ ਦੇ ਖਿਲਾਫ ਲੜਾਈ ਸੀ, ਉਹ ਤਾਂ ਪੂਰੀ ਨਹੀਂ ਹੋਈ, ਤੇ ਬੁੱਕ ਸਟੋਰ ਖੋਲ ਲਏ। ਪਹਿਲਾਂ ਤਾਂ ਦਾਵਾ ਕਰਦੇ ਸੀ ਵੀ ਚਲੋ ਆਪਾਂ ਸਰਕਾਰੀ ਬੁੱਕਾਂ ਜਿਹੜੀਆਂ ਉਹ ਅਲਾਟ ਕਰਾਈਏ ਬੱਚਿਆਂ ਨੂੰ, ਤੇ ਨਾ ਤਾਂ ਸਰਕਾਰੀ ਬੁੱਕਾਂ ਮਿਲੀਆਂ ਬੱਚਿਆਂ ਨੂੰ, ਤੇ ਆਪ ਨਿੱਜੀ ਪ੍ਰਾਈਵੇਟ ਪ੍ਰਵੇਸ਼ ਕਰਨ ਦੀਆਂ ਕਿਤਾਬਾਂ ਜਿਹੜੀਆਂ ਵੇਚ ਰਹੇ ਨੇ, ਤੇ ਵਿੱਚ ਕਹਿੰਦੇ ਨੇ ਵੀ ਅਸੀਂ ਨੋ ਲੋਸ ਨੋ ਪ੍ਰੋਫਿਟ ਦੇ ਕਿਤਾਬਾਂ ਦਵਾ ਰਹੇ ਹਾਂ। ਕਦੇ ਹੋਇਆ ਵੀ ਜੇ ਬਿਨਾਂ ਲੋਸ ਤੋਂ ਕਿਤਾਬਾਂ ਵੇਚੀਆਂ ਜਾਣ, ਪ੍ਰੋਵਾਈਡ ਕਰਾ ਦੇਣ, ਮਾਪਿਆਂ ਨੂੰ ਅਪੀਲ ਕਰਦੇ ਹਾਂ, ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ, ਇਹਦੇ ਝਾਸੇ ਨਾ ਆਓ। ਜਿੱਥੋਂ ਸਸਤੀਆਂ ਕਿਤਾਬਾਂ ਮਿਲਦੀਆਂ ਨੇ, ਪਹਿਲਾਂ ਇਹ ਸੈੱਟ ਆਪਦੇ ਉੱਥੇ ਭੇਜੇ ਤਾਂ ਫਿਰ ਬੁੱਕ। जब इस संबंध में आल स्कूल राजपुरा पेरेंट्स एसोसिएशन के प्रधान सरदार गुरप्रीत सिंह दमोली से इस सारे मामले का सच जानने के लिए न्यूज 89 की टीम मंडी में बने पेरेंट्स बुक डिपो के गोदाम में पहुंची, तो सरदार गुरप्रीत सिंह दमोली ने अपने ऊपर लगे सभी आरोपों को बेबुनियाद बताते हुए कहा कि आज पेरेंट एसोसिएशन ने थोड़े खिलाफ एक सरकार तो बाद में मांग की थी, भी जी पेरेंट एसोसिएशन है ਗੁਰਪ੍ਰੀਤ ਮੋਹਲੀ ਉਹਦੇ ਚੇਅਰਮੈਨ ਨੇ, ਤੇ ਉਹ ਵੀ ਜਿਹੜੀ ਸਾਡੇ ਨਾਂ ਤੇ ਯੂਜ਼ ਕਰ ਰਹੇ ਨੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਠੀਕ ਹੈ ਜੀ, ਉਹਨਾਂ ਨੇ ਸਰਕਾਰ ਤੋਂ ਮੰਗ ਕਰੀ ਹੈ, ਜੇ ਉਹਨਾਂ ਨੇ ਜੋ ਮੰਗ ਕਰੀ ਸਰਕਾਰ ਨੂੰ ਪੂਰੀ ਕਰਦੇ ਵੀ ਤੁਸੀਂ ਉਹਨਾਂ ਦਾ ਨਾਂ ਵਰਤ ਰਹੇ ਹੋ? ਅਸੀਂ ਉਹਨਾਂ ਦਾ ਉਹਨਾਂ ਦਾ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ, ਜੋ ਕਿ ਪਹਿਲਾਂ ਸਾਡੇ ਹੀ ਨਾਮ ਸੀ, ਪਰ ਅਸੀਂ ਰਜਿਸਟਰ ਨਹੀਂ ਕਰਾਈ ਸੀ, ਸਾਨੂੰ ਉਹਨੇ ਸਾਡੇ ਤੋਂ ਅੱਡ ਹੋ ਕੇ ਡੱਕ ਬਣਾ ਲਈ, ਅਸੀਂ ਆਪਣਾ ਨਵਾਂ ਨਾਂ ਰੱਖ ਲਿਆ ਆਲ ਸਕੂਲ ਪੇਰੈਂਟਸ ਵੈਲਫੇਅਰ ਐਸੋਸੀਏਸ਼ਨ। ਸਾਡਾ ਨਾਮ ਹੁਣ ਆਲ ਸਕੂਲ ਪੇਰੈਂਟਸ ਵੈਲਫੇਅਰ ਐਸੋਸੀਏਸ਼ਨ ਹੈ, ਉਹਨਾਂ ਦਾ ਪੇਰੈਂਟਸ ਐਸੋਸੀਏਸ਼ਨ ਹੈ। ਜਿਹੜੀ ਤੁਸੀਂ ਪਹਿਲਾਂ ਕਹਿੰਦੇ ਸੀ ਜਿਹੜੀ ਸਰਕਾਰੀ ਕਿਤਾਬਾਂ ਰੇਟ ਨਾਲ ਸਾਨੂੰ ਚੱਲੂ, ਹਾਂ ਬਿਲਕੁਲ, ਅਸੀਂ ਅੱਜ ਵੀ ਇਹੀ ਕਹਿੰਦੇ ਹਾਂ, ਜਿਹੜੀਆਂ ਰਾਜਪੁਰ ਦੇ ਪ੍ਰਾਈਵੇਟ ਸਕੂਲ ਨੇ, ਇਹਨਾਂ ਨੇ NCERT ਦੀ ਕਿਤਾਬਾਂ ਨਾ ਲਾ ਕੇ ਪ੍ਰਾਈਵੇਟ ਪਬਲਿਸ਼ਰਾਂ ਦੀ ਕਿਤਾਬਾਂ ਲਾਈਆਂ। ਪ੍ਰਾਈਵੇਟ ਪਬਲਿਸ਼ਰ ਦੀ ਕਿਤਾਬਾਂ 600 ਰੁਪਏ ਦੀ ਹੈ, NCERT ਦੀ 50 ਰੁਪਏ ਦੀ ਹੈ। ਅਸੀਂ ਬਿਲਕੁਲ ਅੱਜ ਵੀ ਉਸੇ ਗੱਲ ਕਹਿੰਦੇ ਹਾਂ ਵੀ ਜਿਹੜੀਆਂ ਸਾਰੀਆਂ CBSE ਨੇ ਇਹਨਾਂ ਨੇ ਪ੍ਰਾਈਵੇਟ ਸਕੂਲਾਂ ਨੇ ਕਿਤਾਬਾਂ ਲਗਾਈਆਂ ਨੇ, ਪ੍ਰਾਈਵੇਟ ਪਬਲਿਸ਼ਰਾਂ ਦੀਆਂ ਬਿਲਕੁਲ ਹੀ ਲਗਾਉਣੀਆਂ ਚਾਹੀਦੀਆਂ, NCERT ਦੀ ਕਿਤਾਬਾਂ ਲਗਾਉਣੀਆਂ ਚਾਹੀਦੀਆਂ, ਤਾਂ ਕਿ ਜਨਤਾ ਨੂੰ ਸਸਤੀਆਂ ਕਿਤਾਬਾਂ ਮਿਲਣ। ਬਲੂੜ ਵਿੱਚ ਵੀ ਇਹੀ ਕੰਮ ਕਰੋ, ਸਾਡੇ ਵਾਲਾ ਜਿਹੜਾ ਅਸੀਂ ਵੇਚ ਰਹੇ ਹਾਂ। ਨਹੀਂ ਨਹੀਂ ਨਹੀਂ, ਇਹ ਜਦੋਂ ਲਿਸਟ ਜਾਰੀ ਹੋਈ ਸੀ ਹੋਲੀ ਮੇਰੀ ਪਬਲਿਕ ਸਕੂਲ ਦੀ, ਮੈਂ ਉਹਨਾਂ ਨੂੰ ਕਿਹਾ ਸੀ ਅਸੀਂ ਰਾਜਬਰੇ ਦੇ ਸਕੂਲਾਂ ਦੀਆਂ ਕਿਤਾਬਾਂ ਲਿਆ ਰਹੇ ਹਾਂ, ਨੋ ਪ੍ਰੋਫਿਟ ਨੋ ਲੋਸ ਤੇ ਵੇਚੀਆਂ ਨੇ, ਤੇ ਬਲੂੜ ਦੇ ਜਿਹੜੇ ਸਕੂਲ ਨੇ ਹੋਲੀ ਮੇਰੀ ਸਕੂਲ, ਸ਼ਿਵਾਲਿਕ ਪਬਲਿਕ ਸਕੂਲ, ਵੀ ਤੁਸੀਂ ਉਹਨਾਂ ਦੇ ਪ੍ਰਧਾਨ ਹੋ, ਵੀ ਆਪਾਂ ਰਲ ਕੇ ਲੋਕਾਂ ਦੇ ਫਾਇਦੇ ਵਾਸਤੇ ਲੋਕਾਂ ਨੂੰ ਨਿਆਸਤੀ ਕਿਤਾਬਾਂ ਦਵਾਈਏ, ਇਹ ਕਿਹਾ ਸੀ। ਅੱਛਾ, ਜੇ ਉਹਨਾਂ ਕੋਲ ਕੋਈ ਇਸ ਤੋਂ ਬਿਨਾਂ ਕੋਈ ਗੱਲ ਕਹੀ ਹੈ, ਜਿੱਥੇ ਮਰਜ਼ੀ ਨੇਮ ਧੇਮ ਕਰ ਲੈਣ, ਜੇ ਅਸੀਂ ਕਮਿਸ਼ਨ ਹੀ ਦੇਣੀ ਹੈ ਫਿਰ ਅਸੀਂ ਲੋਕਾਂ ਨੂੰ ਕਿਉਂ ਲੈਸ ਦਈਏ? ਤੁਹਾਨੂੰ ਕਿਵੇਂ ਕਿਹਾ ਐਵੇਂ ਜੋ ਮਰਜ਼ੀ ਉਹ ਅਸਲ 'ਚ ਆਪ ਫੇਲ ਹੋ ਗਏ।
क्योंकि वो पेरेंट्स वास्ते कोई किताब नहीं लेके सस्ती करा सके। इसके बाद इस सारे मामले की जानकारी लेने के लिए न्यूज 89 की टीम पहुंची श्री गुरुद्वारा सिंह सभा के नजदीक बनी पेरेंट्स बुक डिपो पर, जहां पर श्री मुनीश बत्रा लोगों को सस्ती किताबों के बारे में जानकारी देते हुए नजर आए। जब उनसे पेरेंट्स एसोसिएशन के अहदेदारों द्वारा उन पर लगाए आरोपों के बारे में पूछा गया तो उन्होंने भी इसका जवाब खुल कर दिया। रजिस्टर्ड है कि उन्होंने अहदेदार ने आज मीटिंग की है प्रधान ने कि जिहड़े गुरप्रीत धमोली जी ने साडा नाम वरत के अपनी एसोसिएशन चला रहे ने और असी ये खिलाफ कार्रवाई करांगे कि साडे रजिस्टर आ उरे अपना बिजनेस चला रहे ने एक आप पार्टी पेरेंट्स एसोसिएशन दे सहयोग नाल। मैं थोड़ा दसना चाहवागा जी साड़ी पेरेंट्स एसोसिएशन हैगी, पहला साड़ी राजपुरा पेरेंट्स एसोसिएशन सीगी, बाद दे विच कुछ लोग जिहड़े बिकाऊ लोग सीगे वो साइड हो गए, उन्होंने अलग एसोसिएशन अपनी बना ली सी। साड़ी जिहड़ी बाद दे विच एसोसिएशन बनी वो ऑल स्कूल राजपुरा पेरेंट्स एसोसिएशन बनी, साड़ी कल्ली एसोसिएशन नहीं है, सारे स्कूलों की एसोसिएशन है। जिहड़े लोग ये कह रहे हैं उन्होंने असी बिजनेस कर रहे हैं, तुसीं पब्लिक नूं पुछ सकदे हो, असी नो लॉस नो प्रॉफिट के उपर असी बिजनेस कर रहे हैं, सारी जनता नूं पता है। रजिस्ट्रेशन साडा कोई भी उद्देश्य ये नहीं है कि असी इहदा कोई नंबर लईए ते कि साडा उहदा बेनीफिट जावे, असी सहयोग कर रहे हैं। जे वह भरा साढ़े नाल आके काम करना चाहते हैं तो असं उन्होंने हार पनावे, तुम आके अपने नाल साडा काम करो, सानू इस कोई वो नहीं है कि नंबर उन्होंने बढ़ रहे हैं उन्होंने कर रहे, ठीक है। उन्होंने स्टार्टिंग सहयोग दिता स्कोलर स्कूल के अवतार सिंह थुआ जी ने केस पाया हुआ हाई कोर्ट के, उन्होंने कई बार साढ़े से प्रैशर बनाया कि तुम केस वापस ले लो, असी साढ़े जिले प्रधान गुरप्रीत सिंह धमोली जी हैं वो कहते अं केस ऐसे बिना पेरेंट्स की सलाह तो बगैर वापस नहीं लावे, इस करके साडा उन्होंने थोड़ा जहा विवाद सगा, तो उन्होंने हो सकता कोई दिक्कत हो जो उन्होंने दिमाग के है जो चाहते हो, साढ़ा कोई ऐसा मंतव्य नहीं है, वो जो चाहते ना वो आजाद है। साड़ा जो पेरेंट्स बुक डिपो चल रहा है नो लॉस नो प्रॉफिट से, बल्कि साढ़े जो हिडन खर्चे है लिफाफे के ट्रांसपोर्ट के सारे वो जोड़े है वो खर्चे साढ़े पल्ले पै रहे हैं, और जिन्हें भी साढ़े वलंटियर्स है सारे साहिबान है वो सब फ्री ऑफ कॉस्ट कर रहे हैं। ये जो तुसी वो कह रहे हो भी आल पेरेंट एसोसिएशन है साडा नाम है, पर सारे बोर्डों के बाहर पेरेंट एसोसिएशन ही लिखा हुआ है। सर पेरेंट्स एसोसिएशन लिखा हुआ है ये कन्वर्ट करके, पेरेंट्स एसोसिएशन राजपुरा नहीं लिखा हुआ है, उन्होंने सिर्फ पेरेंट एसोसिएशन ही है, उन्होंने पेरेंट्स एसोसिएशन हो सकता है। तो पहले एक और सारी टीम सी कोई ना अं उन्होंने कढ़िया ना उन्होंने सानू कढ़िया, दबाव के या किसी मैं नहीं कुछ कह सकता, उन्होंने हो सकता वो करा लिया होवे, उन्होंने ना सानू बाहर कढ़िया ना असीं उन्होंने बाहर, जिहड़े उन्होंने इल्जाम लाए हैं उस बारे तुसीं की कहना चाहोगे, कितनी सच्चाई है उन्होंने? सर वो इल्जाम ला सकते, जब भी कोई समाज सेवी का काम होता सच्चाई की रात काम होता है तो अशुरीय शक्ति शरारती तत्व आते होंगे, दिक्कत आती होंगी है, सानू उन्हां दी कोई परवाह नहीं, ठीक है, किसी भी तरीके की कोई परवाह नहीं है, जो बनती कार्रवाई करना चाहन कर सकते हैं, जनता का सारा सहयोग साडे नाल है। आज पेरेंट्स एसोसिएशन राजपुरा द्वारा लगाए आरोपों की गुरप्रीत धमोली ने पेरेंट्स बुक डिपो को चलाने के लिए बोर्डों पर पेरेंट्स एसोसिएशन के सहयोग से लिखा है वो तो कहीं ना कहीं सच साबित हुआ और बोर्डों पर लिखा हुआ भी नजर आया, मगर दोनों ही एसोसिएशन के अहदेदार एक दूसरे पर आरोपों की झड़ी लगाते हुए भी नजर आए। अब आने वाला समय ही बताएगा कि पेरेंट्स की उम्मीदों पर कौन सी एसोसिएशन खरी उतरती है। राजपुरा से कैमरामैन ललित कुमार के साथ मीडिया पर्सन संदीप चौधरी न्यूज 89। सब्सक्राइब करें न्यूज 89 चैनल को और बेल आइकन दबाना ना भूलें सबसे तेज सबसे पहले खबरें देखने के लिए। धन्यवाद।